ਦ੍ਰਿਸ਼ਟੀਕੋਣ ਹੈ ਤੇ ਵਿਵਹਾਰ ਹੈ। ਅੱਜ ਤੱਕ 10,000 ਸਾਲ ਦੇ ਵਿੱਚ ਸੱਭਿਆ ਮੰਨਣਾ ਸ਼ੁਰੂ ਕੀਤਾ ਹੈ। ਕਿਹੜੇ ਦ੍ਰਿਸ਼ਟੀਕੋਣ ਦੇ ਨਾਲ ਸਮਾਜ ਆਦਿ ਤੱਕ ਬਣਿਆ, ਉਹ ਜਿਹੜਾ ਵੀ ਸੀ ਦ੍ਰਿਸ਼ਟੀਕੋਣ, ਮੈਂ ਉਹਨੂੰ ਕੋਈ ਨਾਮ ਨਹੀਂ ਦਿੰਦਾ, ਪਰ ਅਸੀਂ ਉਹਨੂੰ ਕਹਾਂਗੇ ਉਹ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਸੀ। ਵਿਗਿਆਨਕ ਦ੍ਰਿਸ਼ਟੀਕੋਣ ਦੀ ਪਹਿਚਾਣ ਅਸਲ ਤਰੀਕੇ ਸਾਨੂੰ ਪਿਛਲੇ 100-150 ਸਾਲ 'ਚ ਆਉਣੀ ਸ਼ੁਰੂ ਹੋਈ ਹੈ। ਉਹਦੀ ਵੀ ਗੱਲ ਦੀ ਗੱਲ ਕਰਦੇ ਹਾਂ ਅਸੀਂ, ਵਿਗਿਆਨਕ ਕਿਹਨੂੰ ਕਹਿਣ, ਉਸ ਦ੍ਰਿਸ਼ਟੀਕੋਣ ਦੀ ਪਰਿਭਾਸ਼ਾ ਲੈ ਕੇ ਜਦੋਂ ਅਸੀਂ ਪਿੱਛੇ ਨੂੰ ਮੁੜ ਕੇ ਜਾਤੀ ਪਾ ਲਾਂਗੇ ਤਾਂ ਸਾਨੂੰ ਦਿਸ ਪਏਗਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਅਸਲ 'ਚ ਵਿਗਿਆਨਕ ਦ੍ਰਿਸ਼ਟੀਕੋਣ ਵਾਲੇ ਵਿੱਚ ਬੰਦੇ ਸੀ, ਪਰ ਉਦੋਂ ਉਹਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਸੀ ਕਿਹਾ ਜਾ ਰਿਹਾ। ਕਈ ਮਾਮਲਿਆਂ ਵਿੱਚ ਮਹਾਤਮਾ ਬੁੱਧ ਦੀ ਜਿਹੜੀ ਸਾਰੀ ਫਿਲੋਸਫੀ ਹੈ ਉਹਨੂੰ ਜੇ ਐਨਾਲਾਈਜ਼ ਕਰਨਾ ਸ਼ੁਰੂ ਕਰਦਾ, ਸਵਾਏ ਜਨਮ ਮਰਨ ਦੇ ਰੀਸਾਈਕਲ ਦੇ ਫਿਲੋਮ ਨੂੰ ਛੱਡ ਕੇ ਉਹ ਸਾਰੀ ਦੀ ਸਾਰੀ ਵਿਗਿਆਨਕ ਨਜ਼ਰੀਏ ਦੇ ਨਾਲ ਬੜੀ ਮਿਹਨਤ ਆਉਂਦੀ, ਪਰ ਅਸੀਂ ਉਹਨੂੰ ਵਿਗਿਆਨਕ ਨਜ਼ਰੀਆ ਕਹਾਂਗੇ ਨਹੀਂ, ਕਿਉਂਕਿ ਜਿਹੜੀਆਂ ਵਕਤਾਂ ਵਿੱਚੋਂ ਪੈਦਾ ਹੋ ਰਿਹਾ ਸੀ ਉਹਦਾ ਬਾਕੀ ਸਿਸਟਮ ਹੋ। ਸੋ ਜੇ ਉਹਦਾ ਦ੍ਰਿਸ਼ਟੀਕੋਣ ਹੀ ਕੁਝ ਦੂਜਾ ਸੀ, ਹੁਣ ਅਸੀਂ ਜਿਹੜੇ ਸਵਾਲ ਪੁੱਛਦੇ ਪਏ ਹਾਂ ਕਿ ਉਹਦੇ ਵਿੱਚ ਅਸੀਂ ਲਿਆਉਣਾ ਚਾਹੁੰਦੇ ਹਾਂ ਵਿਗਿਆਨਕ ਨਜ਼ਰੀਆ, ਅਤੇ ਵਿਗਿਆਨਕ ਨਜ਼ਰੀਏ ਦੀ ਕੁਝ ਸਾਨੂੰ ਪਛਾਣ ਆਉਣੀ ਸ਼ੁਰੂ ਹੋਈ। ਜਿਹੜੇ 3-4 ਪੁਆਇੰਟਾਂ ਤੱਕ ਪੁੱਜੇ ਸਨ ਇਹਨਾਂ ਨੇ, ਅੱਗੇ ਗੱਲ ਸਾਇੰਸ ਦੀ ਟੀਮ ਦੀ ਵੀ ਹੋਈ, ਉਹ ਵੀ ਹਾਲਤ ਸ਼ਾਇਦ ਆ ਗਏ ਕਿ ਹੁਣ ਵਿਗਿਆਨ ਅਤੇ ਸੁਪਰ ਨੈਚੁਰਲ ਦੀ ਆਪਣੀ ਕੋਈ ਹੋਂਦ ਨਹੀਂ ਹੈ। ਕਈ ਵਾਰੀ ਕੰਮ ਚਲਾਓ ਸਮੇਂ ਲਈ ਅਸੀਂ ਕ੍ਰੀਏਟ ਕਰ ਸਕਦੇ ਹਾਂ ਜਿਹੜਾ ਉਸ ਸਮੇਂ ਨੈਚੁਰਲ ਹੀ ਹੁੰਦਾ, ਪਰ ਬਾਅਦ 'ਚ ਸੁਪਰ ਨੈਚੁਰਲ ਬਣ ਜਾਂਦਾ। ਜਦੋਂ ਰੱਬ ਦੀ ਹੋਂਦ ਵੀ ਜਨਮ ਦਿੱਤੀ ਗਈ ਉਹ ਨੈਚੁਰਲ ਸੀ ਬੰਦੇ ਦਾ ਰਿਐਕਸ਼ਨ, ਉਹ ਬੰਦੇ ਨੇ ਉਸ ਸਮੇਂ ਦੀ ਆਪਣੀ ਸਮਝ ਦੇ ਅਨੁਸਾਰ ਇੱਕ ਐਕਸਪਲੇਨੇਸ਼ਨ ਕ੍ਰੀਏਟ ਕੀਤੀ ਸੀ ਆਪਣੇ ਦ੍ਰਿਸ਼ਟੀਕੋਣ ਦਾ। ਸੋ ਸਭ ਕੁਝ ਹੀ ਨੇਚਰ ਦਾ ਹਿੱਸਾ ਹੈ, ਅਤੇ ਉਸ ਨੇਚਰ ਦੇ ਹਿੱਸੇ ਵਿੱਚ ਹੀ ਖਾਣਾ ਪੀਣਾ ਰੋਣਾ ਜੰਮਣਾ ਮਤਲਬ ਇਹ ਸਾਰਾ ਨੇਚਰ ਦਾ ਹੀ ਹਿੱਸਾ ਹੈ। ਅਤੇ ਹੁਣ ਅਸੀਂ ਕਹਿੰਦੇ ਪਏ ਹਾਂ ਕਿ ਇਸ ਨੇਚਰ ਤੋਂ ਸਮਝਣ ਦੇ ਲਈ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਵਿਗਿਆਨਕ ਹੋਵੇ, ਅਤੇ ਜੇ ਉਹ ਦ੍ਰਿਸ਼ਟੀਕੋਣ ਵਿਗਿਆਨਕ ਹੋਏਗਾ ਤਾਂ ਉਹ ਸਾਰੀ ਸਮਝ ਵੀ, ਉਹ ਇਮੋਸ਼ਨਸ ਵੀ, ਉਹ ਮਨ ਦੀ ਸ਼ਾਂਤੀ ਵੀ, ਉਹ ਰੋਣਾ ਵੀ, ਉਹ ਦੁੱਖ ਵੀ, ਉਹ ਡਰ ਵੀ, ਉਹ ਵੀ ਵਿਗਿਆਨਕ ਸਮਝ ਵਿੱਚੋਂ ਹੀ ਆਉਣਗੇ। ਨੈਤਿਕਤਾ ਵੀ, ਮੋਰੈਲਿਟੀ ਵੀ ਵਿਗਿਆਨਕ ਸਮਝ 'ਚੋਂ ਆਏਗੀ। ਹਾਲੇ ਤੱਕ ਸਾਨੂੰ ਲੱਗਦੀ ਕਿਉਂ ਨਹੀਂ, ਕਿਉਂਕਿ ਉਹਦੇ ਬਾਰੇ ਧਿਆਨ ਦਿੱਤਾ ਵੀ ਨਹੀਂ ਗਿਆ। ਮੈਂ ਸਾਇੰਸਦਾਨ ਬਣਿਆ, ਮੈਨੂੰ ਸਾਇੰਸ ਦੀ ਪੜ੍ਹਾਈ ਦੇ ਦਰਮਿਆਨ ਕਦੇ ਨਹੀਂ ਕੋਈ ਦੂਜੀਆਂ ਚੀਜ਼ਾਂ ਹੋਰ ਸਿਖਾਈਆਂ ਗਈਆਂ, ਜੀਵਨ ਜਿਉਣ ਦੇ ਲਈ ਮੈਨੂੰ ਰਸਤੇ ਦੂਜੀ ਦ੍ਰਿਸ਼ਟੀਕੋਣ ਦੇ ਵੱਲ ਗਏ। ਉਹ ਕਿਉਂ, ਉਹੀ ਹੈ ਜਿਹੜੀ ਸਮਝ ਸਾਡੇ ਕੋਲ ਸਾਇੰਸ ਦੀ ਹੈ ਕਿ ਸਾਡੇ ਕੋਲ ਸਾਇੰਸ ਦੀ ਪਛਾਣ ਕੀ ਹੈ। ਹੁਣ ਜਿਵੇਂ ਤੁਹਾਡੇ ਸਾਰਿਆਂ ਕੋਲੋਂ ਛੋਟੀ ਛੋਟੀ ਐਗਜ਼ਾਮਪਲ ਆਉਣੀ ਹੈ ਕਿ ਮੈਨੂੰ ਸਾਇੰਸ ਦੀ ਐਗਜ਼ਾਮਪਲ ਦਿਓ ਕਿ ਜਦੋਂ ਮੈਂ ਲਫ਼ ਉਹਦੀ ਇੱਕ ਐਗਜ਼ਾਮਪਲ, ਮੈਂ ਕੱਲ੍ਹ ਕਿਹੜੇ ਗਰੁੱਪ 'ਚ ਬੈਠਾ ਗੱਲ ਕਰ ਰਿਹਾ ਸਾਂ ਕਿ ਵੀ ਤੁਹਾਡੇ ਸਕੂਲ 'ਚ ਕਾਲਜ 'ਚ ਸਾਇੰਸ ਬਾਇਓਲੋਜੀ ਪੜ੍ਹਾਈ ਜਾਂਦੀ ਹੈ, ਬੋਟਨੀ ਪੜ੍ਹਾਈ ਜਾਂਦੀ ਹੈ, ਜ਼ੂਲੋਜੀ ਪੜ੍ਹਾਈ ਜਾਂਦੀ ਹੈ, ਵੀ ਕਿਸੇ ਵੀ ਕਰਿਕੂਲਮ ਦੇ ਵਿੱਚ ਸਾਇੰਸ ਪੜ੍ਹਾਈ ਜਾਂਦੀ ਹੈ ਕਿ ਸਾਇੰਸ ਕੀ ਹੈ। ਮੈਨੂੰ ਤਾਂ ਗਿਆਨ ਨਹੀਂ ਹੈ ਕਿ ਕੋਈ ਸ਼ਾਇਦ ਪ੍ਰਾਇਮਰੀ ਲੈਵਲ ਤੱਕ ਉਹਨੂੰ ਇਕੱਠਾ ਡੰਪ ਕੀਤਾ ਹੋਇਆ ਨਹੀਂ। ਉਹੀ ਤੁਸੀਂ ਆ ਗਿਆ ਨਾ, ਇੱਕ ਲਫ਼ਜ਼ ਲਾ ਦਿੱਤਾ ਨਾਮ ਇਨਵਾਇਰਮੈਂਟਲ ਸਾਇੰਸ ਦਾ, ਲੇਖ ਖਾਲੀ ਸ਼ਬਦ ਸਾਇੰਸ ਪਰ ਉਹਦੇ ਅੱਗੇ ਦੇ ਨਾਲ ਡਿਵਾਈਡ ਕੀਤਾ ਹੈ ਕੈਪੀਟਲ ਕੈਪੀਟਲ ਨਹੀਂ। ਜਦੋਂ ਜਦੋਂ ਵੀ ਬੰਦਾ ਕਲਾਸ ਦੇ ਪੜ੍ਹਾਈ ਨਾਲ ਕਰਦਾ ਸਾਇੰਸ ਦਾ ਕਿਹੜਾ ਲੱਗ ਰਿਹਾ ਹੁੰਦਾ ਕਿ ਉਹਦੇ ਵਿੱਚ ਇਹ ਦ੍ਰਿਸ਼ਟੀਕੋਣ ਦੀ ਉਹੀ ਆ ਜਾਂਦਾ ਕਿ ਸਾਇੰਸ ਦੀ ਯੂਜ਼ ਵੈਲਿਊ ਦੀ ਗੱਲ ਹੋ ਰਹੀ ਹੁੰਦੀ ਹੈ ਕਿ ਸਾਇੰਸ ਦੀ ਕੈਮਿਸਟਰੀ ਦੀ, ਸਾਇੰਸ ਦੀ ਬਾਇਓਲੋਜੀ ਦੀ। ਹੁਣ ਇਹਦੇ ਵਿੱਚੋਂ ਆਇਆ ਕਿ ਤੁਸੀਂ ਮੈਨੂੰ ਸਾਇੰਸ ਦੀ ਆਪਣੀ ਐਗਜ਼ਾਮਪਲ ਦਿਓ ਕਿ ਸਾਇੰਸ ਦੀ ਕੋਈ ਇੱਕ ਐਗਜ਼ਾਮਪਲ, ਜਿਵੇਂ ਜੇ ਮੈਂ ਕਹਿੰਦਾ ਸਪਲ ਡਿਊਰਿੰਗ ਦਿਸ ਵੀਕਐਂਡ ਔਨ ਦ 25th ਐਂਡ 26th ਆਫ ਜੁਲਾਈ we held this workshop together with Manjul about how to inculcate scientific attitudes, especially in our younger generation. That was a unique experience for me also. Although as a professional scientist I go around giving lectures, but doing it through the medium of theater, to using all the intricacies of theatrical expression which Manjul used and taught us, that was a very different approach even for me.
So he prepared the audience to receive these such complicated issues of scientific attitude, scientific temper, which normally they can become sometimes so boring. But using Manjul's techniques, we found that actually even the least aware people in the field of science, they were so involved and participating that I was able to reach them one-to-one. And the reason was that by theatrical expression, the learn, the use of the media, the use of the body, the use of expression, I was really able to get into them. And my best experience was that when I was talking about my subject, I actually almost lost myself. I was not aware of myself. It was only my audience and my subject. And that, I think, could not have come without going through this almost 16 hours of hard physical, mental, psychological, emotional involvement. Basically brought through what Manjul calls Theatre of Relevance. So Theatre of Relevance appears to have developed its own approach and methodology, which I think even for a scientist is emerging to be fantastic. And if there are more opportunities in the future, I will definitely participate in that and maybe learn a bit more and share what I have learned. All the best. Thank you, Manjul. The two experts who conducted this workshop, they seem to be masters in their disciplines. The one from theater seems to be immersed in his art and in the mechanics of it, as well as the experimentation that goes around it. And he communicated. So basically it was communication with the help of voice, with the help of body, with the help of your patterns, with the help of movement. But this was directed at creating space, make it empty, remove away all the clutter, and make it possible for a great scientist to fill it up, you know, with new ideas. So very dramatically, using body, using space, using vocal resources, gestures, with a sense of humor, and most importantly, with a degree of passion and commitment and intensity, he was able to remove many a cobweb from the minds of people. And then it became very easy for Dr. Rattan, the other expert, who's a great scientist in this field, to come and deliver his message on the value of science and scientific attitude in life. He defined it very clearly, he shook people, he filled the empty space that was created. The shaking was done by one, and the empty space was filled by meaningful coding. That was the kind of thing that happened. And people were very excited. Those who participated were very, very excited. And they went home with a number of new ideas and greater enthusiasm to know more. ਜਿਹੜੀ ਕੱਲ ਸਾਡੀ ਦੋ ਦਿਨਾਂ ਦੀ ਵਰਕਸ਼ਾਪ ਲੱਗੀ ਆ ਉਹਦੇ ਵਿੱਚ ਮੈਨੂੰ ਦੋ ਜਿਹੜੀ ਕੁਝ ਗੱਲਾਂ ਵੱਖਰੀਆਂ ਲੱਗੀਆਂ ਉਹ ਇਹ ਸੀ ਕਿ ਇਹ ਵਰਕਸ਼ਾਪ ਸਟੀਰੀਓਟਾਈਪ ਨਹੀਂ ਸੀ ਇਹਦੇ ਵਿੱਚ ਜਿਹੜੇ ਵਰਕਸ਼ਾਪ ਲਾਉਣ ਵਾਸਤੇ ਆਏ ਸੀ ਮੈਂਬਰ ਉਹ ਵੀ ਬਿਲਕੁਲ ਨਵੇਂ ਉਹਦੇ 'ਚ ਬਹੁਤ ਸਾਰੇ ਮੈਂਬਰ ਸੀ ਔਰ ਇਹਦੇ 'ਚ ਪਹਿਲਾਂ ਕੋਈ ਉਸ ਤਰ੍ਹਾਂ ਦਾ ਸਨੋਪਸਿਸ ਨਹੀਂ ਤਿਆਰ ਕੀਤਾ ਸੀ ਘੜਿਆ ਘੜਾਇਆ ਵੀ ਤੁਸੀਂ ਦੋ ਦਿਨਾਂ 'ਚ ਇਹ ਕਰਨਾ ਅਤੇ ਸਿੱਖਣ ਵਾਲਿਆਂ ਨੇ ਇਹ ਸੀ ਉਹਦੇ 'ਚ ਇਹ ਲੱਗਾ ਵੀ ਜਿਹੜੇ ਸਿੱਖਣ ਵਾਲੇ ਅਤੇ ਸਿਖਾਉਣ ਵਾਲੇ ਦੋਨਾਂ ਦੀ ਸਮਰੱਥਾ ਦਾ ਸਾਨੂੰ ਪਤਾ ਲੱਗਾ ਔਰ ਇਹ ਬੜਾ ਰੌਚਕ ਵੀ ਲੱਗਾ ਵੀ ਤੁਸੀਂ ਖੜ੍ਹੇ ਪੈਰ ਜਿਹੜਾ ਕਿਸੇ ਨੂੰ ਕੋਈ ਇੱਕ ਤਰ੍ਹਾਂ ਦਾ ਚੈੱਕ ਕਰਨਾ ਉਹਨਾਂ ਨੂੰ ਮੌਕੇ 'ਤੇ ਪਿਛਾ ਦੇਣਾ ਅਤੇ ਉਹ ਪਹਿਲਾਂ ਜਦੋਂ ਆਏ ਸੀ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਜਿਵੇਂ ਬਾਕੀ ਵਰਕਸ਼ਾਪਾਂ ਲੱਗਦੀਆਂ ਉਸ ਤਰ੍ਹਾਂ ਦੀ ਇਹ ਹੋਏਗੀ ਰੂਟੀਨ ਦੇ ਵਿੱਚ ਲੱਗਦੀਆਂ ਵੀ ਉਹ 'ਤੇ ਗੱਲਾਂ ਬਾਤਾਂ ਹੁੰਦੀਆਂ ਪਰ ਉਹ ਕਿਸੇ ਨੂੰ ਵਿਸ਼ੇ ਬਾਰੇ ਨਹੀਂ ਉਹਦੇ ਬਾਰੇ ਪਤਾ ਸੀ ਔਰ ਕੀ ਹੋਣਾ ਔਰ ਇਹ ਸੀ ਵੀ ਜਿਹੜੇ ਬੰਦੇ ਵਰਕਸ਼ਾਪ ਦੇ ਪ੍ਰਬੰਧਕ ਨੇ ਜਾਂ ਜਿਹੜੇ ਕਲਾਕਾਰਾਂ ਨਾਲ ਵਰਕਸ਼ਾਪ ਲਾ ਰਹੇ ਆ ਉਹ ਉਹਨਾਂ ਦਾ ਵੀ ਸਾਨੂੰ ਜਿਹੜਾ ਹੈਗਾ ਸੀ ਐਟੀਚਿਊਡ ਉਹ ਮੈਨੂੰ ਬਹੁਤ ਵਧੀਆ ਲੱਗਾ ਵੀ ਉਹਨਾਂ ਵਿੱਚ ਵੀ ਜਿਹੜੀ ਉਹ ਕਲਾ ਹੈਗੀ ਆ ਕਲਾ ਉਹ ਸਿਖਾਉਣ ਦਾ ਸਾਰਾ ਕੁਛ ਅਤੇ ਉਸ ਤੋਂ ਵੀ ਜਿਹੜੀ ਵਧੀਆ ਗੱਲ ਲੱਗੀ ਵੀ ਇਹ ਦੋ ਦਿਨ 'ਚ ਸਾਰੇ ਇਸ ਮੈਂਬਰਾਂ ਨੂੰ ਇਸ ਵਰਕਸ਼ਾਪ ਨੂੰ ਇੱਕ ਵਿੱਚ ਚੀਜ਼ ਵਿੱਚ ਬੰਨ ਕੇ ਰੱਖਣਾ ਉਹਨੂੰ ਵਿੱਚ ਸੂਤਰ ਵਿੱਚ ਪਰੋ ਕੇ ਵੀ ਰੱਖਣਾ ਅਤੇ ਉਹਨੂੰ ਉੱਤੇ ਹੋਲਡ ਰੱਖਿਆ ਇਹ ਨਹੀਂ ਹੈ ਵੀ ਜੇ ਕੋਈ ਰੋਟੀ ਪਾਣੀ ਜਾਂ ਚਾਹ ਪੀਣ ਗਿਆ ਤਾਂ ਉਹ ਮੁੜ ਕੇ ਵਾਪਸ ਨਹੀਂ ਆਇਆ
ਪੂਰਾ ਜਿਹੜਾ ਸਮੇਂ ਦਾ ਪ੍ਰਯੋਗ ਕੀਤਾ ਅਤੇ ਉਹਦਾ ਜਿਹੜਾ ਦੋ ਦਿਨ ਵਿੱਚ ਰਿਜ਼ਲਟ ਨਿਕਲਿਆ ਉਹ ਤਸੱਲੀ ਵਾਲਾ ਸੀ ਅਤੇ ਲੱਗਦਾ ਹੈ ਕਿ ਜਿਹੜਾ ਇਸ 'ਤੇ ਅੱਗੇ ਕੰਮ ਹੋਏਗਾ ਇਹਨੂੰ ਵਿਸਥਾਰ ਦੇਣ ਵਾਸਤੇ ਉਹ ਵੀ ਬਹੁਤ ਵਧੀਆ ਹੋਏਗਾ। ਕਹਿਣਾ ਸੀਗਾ ਕਿ ਇਹਦੀ ਜੇ ਵੀਡੀਓ ਰਿਕਾਰਡਿੰਗ ਹੋ ਜਾਂਦੀ ਤਾਂ ਬਹੁਤ ਵਧੀਆ ਰਹਿਣਾ ਸੀ, ਬਹੁਤ ਵਧੀਆ ਰਿਹਾ। ਪਹਿਲੀ ਗੱਲ ਤਾਂ ਇਸ ਗੱਲ ਦੀ ਬੜੀ ਖੁਸ਼ੀ ਇੰਨਾ ਸੀਗਾ ਕਿ ਫਸਟ ਟਾਈਮ ਸਾਇੰਟਿਸਟ ਨੂੰ ਮਿਲਣ ਜਾ ਰਹੇ ਹਾਂ। ਦਿਮਾਗ 'ਚ ਉਹ ਹੀ ਹੁੰਦਾ ਸੀਗਾ ਕਿ ਬਈ ਬੜੇ ਹੁੰਦੇ ਆ, ਇਹੋ ਜਿਹੇ ਹੁੰਦੇ ਆ। ਮੈਂ ਤਾਂ ਪਹਿਲੀ ਵਾਰ ਬੜੇ ਵਧੀਆ ਤਰੀਕੇ ਨਾਲ, ਅਤੇ ਫਸਟ ਟਾਈਮ ਮੇਰਾ ਇਹੋ ਜਿਹਾ ਐਕਸਪੀਰੀਅੰਸ ਸੀ। ਮੈਂ ਅੱਜ ਤੱਕ ਕਦੇ ਗੁੱਡ ਸਾਇੰਟਿਸਟ ਜਿਹਨੂੰ ਕਹਿ ਲਓ ਥੀਏਟਰ ਪਰਸਨ ਜਿਹੜੇ ਬਹੁਤ ਵੱਡੇ ਹੋਣ, ਸਾਈਡ ਬਾਏ ਸਾਈਡ ਕਦੇ ਨਹੀਂ ਮਿਲਿਆ, ਕਿਉਂਕਿ ਉਹਨਾਂ ਦੇ ਹਮੇਸ਼ਾ, ਕਿਉਂਕਿ ਡਿਫਰੈਂਟ ਟਾਈਪ ਦੇ ਬੰਦੇ ਹੁੰਦੇ ਹੈਗੇ, ਹਰੇਕ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ। ਮਤਲਬ ਹਮੇਸ਼ਾ ਦੇਖਿਆ ਦੋ ਜਣਿਆਂ ਦੀ ਗਰਾਰੀਆਂ ਹੀ ਅੜਦੀਆਂ ਹੁੰਦੀਆਂ, ਲੜਦੇ ਹੀ ਦੇਖੇ ਦੇ ਹੁੰਦੇ, ਨਾ ਜੀ ਨਾ ਤਾਂ ਹੋ ਨਹੀਂ ਸਕਦਾ। ਇਸ ਲਈ ਇਹ ਬੜੀ ਨਵੀਂ ਚੀਜ਼ ਸੀਗੀ ਜੀ ਮੇਰੇ ਵਾਸਤੇ, ਮਤਲਬ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰੇ ਨਾਲ। ਮੇਰਾ ਨਾਮ ਨਕਸ਼ਦੀਪ ਹੈ ਜੀ, ਅਤੇ ਮੈਂ ਜਿਹੜੀ ਲੈਜੈਂਡ ਆਫ ਭਗਤ ਸਿੰਘ ਸੀਗੀ ਡਾਇਰੈਕਟਡ ਬਾਰ ਰਾਜ ਕੁਮਾਰ ਸੰਤੋਸ਼ੀ, ਉਹਦੇ 'ਚ ਅਜੇ ਦੇਵਗਨ ਸੀਗਾ, ਉਹਦਾ ਛੋਟਾ ਯੰਗਰ ਭਗਤ ਸਿੰਘ ਦਾ ਰੋਲ ਮੈਂ ਕੀਤਾ ਸੀਗਾ, ਅਤੇ ਉਹਦੇ ਵਿੱਚ ਰਾਜ ਬੱਬਰ, ਫਰੀਦਾ ਦਲਾਲ ਵਗੈਰਾ ਸਾਰੇ ਸੀਗੇ। ਉਹਦੇ 'ਚ ਮੇਰਾ ਤਕਰੀਬਨ ਫਸਟ 15-17 ਮਿੰਟ ਤੱਕ ਦਾ ਰੋਲ ਸੀਗਾ ਯੰਗਰ ਭਗਤ ਸਿੰਘ ਦਾ, ਅਤੇ ਮੇਰਾ ਇੱਕ ਡਾਇਲੋਗ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ, ਉਹਦੇ ਮੇਰੀ ਚਾਚੀ ਦੇ ਨਾਲ ਸੀਗਾ, ਉਹ ਕਹਿ ਰਹੀ ਸੀਗੀ ਕਿ ਤੂੰ ਇਹ ਕੰਮ ਵਗੈਰਾ ਛੱਡ ਦੇ ਤਾਂ ਕੋਈ ਫਾਇਦਾ ਨਹੀਂ, ਅਤੇ ਮੇਰਾ ਰਿਸਪੋਂਸ ਸੀ ਅਰੇ ਸੱਚ ਕਹਿ ਰਹਾ ਹਾਂ, ਗਾਂਧੀ ਜੀ ਖੁਦ ਭਗਵਾਨ ਬਣ ਕੇ ਆਏ ਇਸ ਮੁਲਕ ਮੈਂ, ਬਸ ਤਿਆਰ ਹੋ ਜਾਓ, ਇੱਕ ਸਾਲ ਕੇ ਅੰਦਰ ਅੰਦਰ ਆਜ਼ਾਦੀ ਆ ਰਹੀ ਹੈ। ਮੈਂ ਕਰਦਾ ਬਹੁਤ ਅੱਛਾ ਲੱਗਿਆ ਜੀ। ਵੈਸੇ ਤਾਂ ਸਾਰੇ ਲੋਕ 'ਚ ਬਹੁਤ ਅੱਛੀਆਂ ਵਰਕਸ਼ਾਪ ਜਿਹੜੀਆਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ, ਪਰ ਇਹ ਹੋਰ ਵੀ ਵੱਖਰੀ ਸੀ ਕਿਉਂਕਿ ਇਸ ਕਿਸਮ ਦੇ ਸਬਜੈਕਟ 'ਤੇ ਸਾਰੇ ਲੋਕ 'ਚ ਪਹਿਲੀ ਵਰਕਸ਼ਾਪ ਹੋਈ ਸੀ। ਸਾਰਿਆਂ ਨੇ ਬੜੀ ਇਨਵੋਲਵਮੈਂਟ ਸੀ, ਪਰ ਮੈਨੂੰ ਜਿਹੜਾ ਲੱਗਿਆ ਵੀ ਜਿਹੜੀ ਕੋਈ ਚੀਜ਼ ਨਿਕਲਣ ਵਾਲੀ ਹੈ ਉਹ ਗਰੁੱਪ ਡਿਸਕਸ਼ਨ 'ਚੋਂ ਜ਼ਿਆਦਾ ਵਧੀਆ ਨਿਕਲੀ ਹੈ, ਕਿਉਂਕਿ ਸਾਰੇ ਬੰਦੇ ਖੁੱਲ੍ਹ ਕੇ ਨਹੀਂ, ਕਈ ਵਾਰੀ ਕੋਈ ਡਰ ਹੁੰਦਾ ਹੈ, ਮਨ 'ਚ ਕੋਈ ਗੱਲ ਹੁੰਦੀ ਹੈ ਅਤੇ ਉਹਨਾਂ ਕਹਿ ਨਹੀਂ ਸਕਦੇ, ਝਿਜਕਦੇ ਆ, ਮਨ 'ਚ ਹੀ ਰਹਿ ਜਾਂਦੀ ਹੈ। ਪਰ ਗਰੁੱਪ 'ਚ ਜਦੋਂ ਡਿਸਕਸ਼ਨ ਹੁੰਦੀ ਸੀ ਉਹ ਸਾਰੀ ਗੱਲ ਆਪਣੀ ਕਹਿੰਦੇ ਸੀ, ਅਤੇ ਉਹਦੇ 'ਚ ਬੜੇ ਸਾਰਥਕ ਸਿੱਟੇ ਨਿਕਲੇ ਹੈ, ਅਤੇ ਜਿਹੜੇ ਬਿਲਕੁਲ ਵੀ ਨਹੀਂ ਸੀ ਬੋਲਦੇ ਉਹਨਾਂ ਨੇ ਗਰੁੱਪ 'ਚ ਬੜੀ ਵਧੀਆ, ਮਤਲਬ ਕੋਈ ਨਾ ਕੋਈ ਫਿਕਰਾ ਦਿੱਤਾ, ਕੋਈ ਨਾ ਕੋਈ ਮਤਲਬ ਵਧੀਆ ਵਿਚਾਰ ਉਹਨਾਂ ਦਾ ਸੀਗਾ, ਅਤੇ ਬਹੁਤ ਚੰਗਾ ਲੱਗਿਆ। ਅਤੇ ਅਸੀਂ ਸੱਚੀ ਦੁਬਾਰੇ ਤੁਹਾਨੂੰ ਉਡੀਕਾਂਗੇ, ਕਿਉਂਕਿ ਇਸ ਕਿਸਮ ਦੀ ਤੁਸੀਂ ਨਾ ਇੱਕ ਭੁੱਖ ਜਿਹੀ ਲਾ ਗਏ, ਹੈਂ ਹਜੇ ਰੱਜ ਨਹੀਂ ਆਇਆ, ਭੁੱਖ ਤਾਂ ਬਹੁਤ ਸੀਗੀ, ਉਹ ਥੋੜ੍ਹਾ ਜਿਹਾ ਦੇ ਕੇ ਨਾ ਐਵੇਂ ਬੁਰਕੀ ਜਿਹੀ ਦੇ ਕੇ, ਅਤੇ ਉਹ ਹਜੇ ਜਦੋਂ ਰੱਜ ਹੀ ਨਾ ਆਵੇ ਅਤੇ ਉਹਦੇ ਸਵਾਦ 'ਚ ਹੀ ਬੈਠੇ ਹੋ, ਦੁਬਾਰਾ ਚਿਣਕ ਲਾ ਕੇ ਜਿਹੜੇ ਗਏ ਹੋ ਇਹਨੂੰ ਪੂਰੀ ਕਰਨ ਲਈ ਆਉਣਾ ਹੀ ਪੈਣਾ, ਚਾਹੇ ਜੋ ਜਿੰਨੀ ਮਰਜ਼ੀ ਕੰਮ ਹੈ ਤੁਹਾਨੂੰ, ਠੀਕ ਹੈ। ਅਸੀਂ ਤਿਆਰ ਹਾਂ, ਅਸੀਂ ਇਸ ਤੋਂ ਵੱਧ ਉਤਸ਼ਾਹ ਨਾਲ ਅਤੇ ਵੱਧ ਤੁਹਾਨੂੰ ਜ਼ੋਰ ਸ਼ੋਰ ਨਾਲ ਬੜੇ ਮਤਲਬ ਉਡੀਕਾਂਗੇ ਤੁਹਾਨੂੰ, ਅਸੀਂ ਆਵਾਂਗੇ। ਇੱਕ ਰਾਈਟਰ ਦੇ ਤੌਰ 'ਤੇ ਜਿਹੜਾ ਮੇਰਾ ਅਨੁਭਵ ਸੀ ਨਾ ਦੋ ਦਿਨਾਂ ਦੀ ਵਰਕਸ਼ਾਪ ਦਾ, ਇਹ ਇੱਕ ਬੜਾ ਮੇਰੇ ਲਈ ਨਵਾਂ ਉਤਸ਼ਾਹਜਨਕ ਅਤੇ ਇੱਕ ਨਵੀਂ ਕਿਸਮ ਦਾ ਮਤਲਬ ਇਹ ਮੇਰਾ ਐਕਸਪੀਰੀਅੰਸ ਹੋਇਆ। ਬਹੁਤ ਸਾਰੇ ਸੈਮੀਨਾਰ ਮੈਂ ਅਟੈਂਡ ਕਰੇ ਆ ਐਜ਼ ਏ ਅਧਿਆਪਕ, ਲੇਕਿਨ ਮੈਨੂੰ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡਾ ਗੁਣ ਇਹ ਲੱਗਿਆ ਇਹ ਹੈ ਵੀ ਜਿਹੜਾ ਸਾਰੇ ਪਾਰਟੀਸਪੈਂਟਸ ਰਾਹੀਂ ਗੱਲ ਜਿਹੜੀ ਹੈ ਕਢਾਈ ਗਈ ਆ, ਥੋਪੀ ਨਹੀਂ ਗਈ, ਗੱਲ ਉਹਨਾਂ ਨੂੰ ਦੱਸੀ ਨਹੀਂ ਗਈ, ਈਵਨ ਇੱਥੋਂ ਤੱਕ ਜਿਹੜਾ ਵਿਸ਼ਾ ਵੀ ਉਹਨਾਂ ਨੇ ਸਾਨੂੰ ਨਹੀਂ ਦਿੱਤਾ, ਜਨਰਲ ਗੱਲਾਂ ਦੇ ਵਿੱਚੋਂ ਮਤਲਬ ਸਾਰੇ ਪਾਰਟੀਸਪੈਂਟ ਰਾਹੀਂ ਗੱਲ ਕੱਢਣ ਦਾ ਯਤਨ ਕਰਿਆ, ਅਤੇ ਜਿਸ ਢੰਗ ਨਾਲ ਉਹਨਾਂ ਨੇ ਵਰਕਸ਼ਾਪ ਦਾ ਸ਼ੁਰੂ ਕਰਿਆ, ਆਰੰਭ ਕਰਿਆ ਨਾ, ਉਹ ਖਾਸ ਤੌਰ 'ਤੇ ਮੇਰੇ ਲਈ ਬੜਾ ਹੀ ਮਹੱਤਵਪੂਰਨ ਸੀ। ਇੱਕ ਦੂਜੇ ਨਾਲ ਹੱਥ ਮਿਲਾਉਣਾ, ਮਿਲਣਾ, ਵਾਕ ਕਰਨੀ, ਇਸ ਤਰ੍ਹਾਂ ਦੀ ਵਰਕਸ਼ਾਪ ਮੈਂ ਕਦੇ ਸ਼ਾਇਦ ਨਾਟਕ ਵਾਲਿਆਂ ਲਈ ਇਹ ਬੜੀ ਸੁਭਾਵਿਕ ਕਿਸਮ ਦੀ ਹੋਵੇ, ਪਰ ਮੇਰੇ ਲਈ ਬੜੀ ਇਹ ਮਹੱਤਵਪੂਰਨ ਸੀ ਕਿ ਜਿਸ ਪੁਜੀਸ਼ਨ ਵਿੱਚ ਤੁਸੀਂ ਖੜ੍ਹੇ ਹੋ ਜਾਂ ਵਾਕ ਕਰ ਰਹੇ ਹੋ, ਜਿਸ ਪੁਜੀਸ਼ਨ ਵਿੱਚ ਤੁਹਾਡੇ ਸਾਹਮਣੇ ਕੋਈ ਵਿਅਕਤੀ ਆਉਂਦਾ ਉਹਨੂੰ ਕਿਵੇਂ ਗ੍ਰੀਟ ਕਰਨਾ, ਅਤੇ ਇੱਕ ਨਵੇਂ ਹਰ ਤਰ੍ਹਾਂ ਦੇ, ਕਿਉਂਕਿ ਕੋਈ ਟੇਢਾ ਖੜ੍ਹਾ ਹੁੰਦਾ, ਕੋਈ ਸਿੱਧਾ, ਕੋਈ ਪੁੱਠਾ, ਮੇਰੇ ਸਾਹਮਣੇ ਇੱਕ ਯੰਗ ਮੈਨ ਖੜ੍ਹਾ ਸੀ ਅਤੇ ਮੈਂ ਉਹਦੀ ਪਿੱਠ ਸੀ ਮੇਰੇ ਵੱਲ, ਮੈਂ ਉਹਦੀ ਪਿੱਠ 'ਤੇ ਹੱਥ ਧਰ ਕੇ ਬੜੇ ਅੰਦਾਜ਼ ਨਾਲ ਕਿਹਾ ਹੈਲੋ ਯੰਗ ਮੈਨ, ਅਤੇ ਉਹਨੇ ਮੇਰੇ ਵੱਲ ਸਾਈਡ ਕੀਤੀ। ਮੈਨੂੰ ਲੱਗਿਆ ਕਿ ਨਵਾਂ ਤਜਰਬਾ ਅਤੇ ਸਾਰਿਆਂ ਨਾਲ ਹੱਥ ਮਿਲਾਉਣ ਦਾ, ਖਾਸ ਤੌਰ 'ਤੇ ਸਾਡੀਆਂ ਪੰਜਾਬੀ ਦੀਆਂ ਔਰਤਾਂ ਨੂੰ ਇੱਕ ਬੜਾ ਇਸ ਗੱਲ ਦੀ ਝਿਜਕ ਹੁੰਦੀ ਆ ਹੱਥ ਮਿਲਾਉਣ ਦੀ, ਪਰ ਮੈਂ ਦੇਖਿਆ ਕਿ ਉਹਦੇ ਵਿੱਚ ਬਹੁਤ ਹੀ ਇੱਕ ਮਤਲਬ ਅੱਛੀ ਭਾਵਨਾ ਸਾਡੇ ਅੰਦਰ ਪੈਦਾ ਹੋਈ ਹੈ ਅਤੇ ਅਸੀਂ ਹਰ ਬੰਦੇ ਦੇ ਨਾਲ ਨੇੜਤਾ ਅਨੁਭਵ ਕਰੀਏ। ਜਿੱਥੋਂ ਤੱਕ ਵਿਸ਼ੇ ਦਾ ਸਵਾਲ ਆ, ਉਹ ਹਰ ਇੱਕ ਵਿਅਕਤੀ ਦੀ ਇੱਕ ਸੀਮਾ ਹੁੰਦੀ ਹੈ, ਗ੍ਰਹਿਣ ਤਾਂ ਉਹਨਾਂ ਨੇ ਆਪਣੀ ਸੀਮਾ 'ਤੇ ਜਿੰਨੀ ਕੁ ਸੀਮਾ 'ਤੇ ਜਿੰਨੀ ਸਮਰੱਥਾ ਉਹਦੇ ਅਨੁਕੂਲ ਹੀ ਕਰਿਆ, ਪਰ ਜਿਹੜਾ ਇਹਨਾਂ ਦਾ ਵਿਸ਼ੇ ਨੂੰ ਦੱਸਣ ਦਾ ਜਿਹੜਾ ਢੰਗ ਸੀ ਉਹ ਜ਼ਰੂਰ, ਉਸ ਨੂੰ ਮੈਂ ਮਹੱਤਵ ਦਿੰਦੀ ਹਾਂ ਅਤੇ ਉਸ ਦੀ ਮੈਂ ਤਾਰੀਫ ਵੀ ਕਰਦੀ ਹਾਂ।
ਅਤੇ ਖਾਸ ਤੌਰ 'ਤੇ ਜਿਹੜਾ ਗਰੁੱਪਾਂ ਦੇ ਵਿੱਚ ਇਹਨਾਂ ਨੇ ਸਾਨੂੰ ਬਿਠਾ ਕੇ ਅਤੇ ਗਰੁੱਪ ਬਣਾਉਣ ਲੱਗਿਆ ਵੀ ਜਿਹੜਾ ਇਹਨਾਂ ਨੇ ਇਹ ਗੱਲ ਕਰੀ ਆ ਕਿ ਜਿਹੜੇ ਬੰਦੇ ਆਲਰੇਡੀ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਆ ਜਾਂ ਸੰਬੰਧਿਤ ਆ ਦੋਸਤ ਮਿੱਤਰ ਆ ਉਹ ਨਹੀਂ ਵੱਖਰੇ ਵੱਖਰੇ ਜਿਹੜੇ ਇਹਨਾਂ ਨੇ ਮਿਲਾਏ ਅਤੇ ਮੈਨੂੰ ਇੰਝ ਲੱਗਦਾ ਕਿ ਹਰ ਇਨਸਾਨ ਆਪਣੇ ਵਰਗੇ ਨਾਲ ਇੱਕੋ ਜਿਹੇ ਨਾਲ ਜਿਨ੍ਹਾਂ ਨਾਲ ਹਰ ਰੋਜ਼ ਬੈਠਦਾ ਉਹਨਾਂ ਨੂੰ ਹੀ ਪਸੰਦ ਕਰਦਾ ਪਰ ਇੱਕ ਨਵੀਂ ਵਿਧੀ ਲੱਗੀ ਕਿ ਹਰ ਬੰਦੇ ਨੂੰ ਨਵੇਂ ਬੰਦੇ ਨਾਲ ਲੈ ਕੇ ਉਹਦੇ ਵਿੱਚੋਂ ਕੁਝ ਕੱਢਣਾ ਅਤੇ ਸਿੱਖਣਾ ਚਾਹੀਦਾ ਮੈਂ ਬਹੁਤ ਸਾਰੇ ਬੰਦਿਆਂ ਨਾਲ ਮਿਲੀ ਮੈਨੂੰ ਚੰਗਾ ਲੱਗਿਆ ਉਹਨਾਂ ਨੇ ਮੇਰੇ ਬਾਰੇ ਜਾਣਿਆ ਮੈਂ ਉਹਨਾਂ ਬਾਰੇ ਜਾਣਿਆ ਅਤੇ ਸੋ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਜਿਹੜਾ ਇਹ ਦੋ ਦਿਨ ਦੀ ਵਰਕਸ਼ਾਪ ਸੀ ਬੜੀ ਐਕਟਿਕ ਸੀ ਅਤੇ ਕੰਮ ਇਹਦੇ ਵਿੱਚ ਬਹੁਤ ਸੀ ਅਤੇ ਇਹ ਜਿਹੜੀ ਵਰਕਸ਼ਾਪ ਆ ਇਹ ਘੱਟੋ ਘੱਟ ਇਹ ਹਫ਼ਤੇ ਦੀ ਹੋਣੀ ਚਾਹੀਦੀ ਹੈ ਜਿੰਨਾ ਇਹਨਾਂ ਨੇ ਕੰਮ ਕੀਤਾ ਅਤੇ ਉਹਦੇ ਵਿੱਚ ਮੈਨੂੰ ਲੱਗਿਆ ਵੀ ਥੋੜ੍ਹਾ ਜਿਹਾ ਇੱਕ ਕ੍ਰੀਏਟਿਵ ਰਾਈਟਰ ਦੇ ਤੌਰ 'ਤੇ ਕਿਉਂਕਿ ਕ੍ਰੀਏਟਿਵ ਰਾਈਟਰ ਦੀ ਇੱਕ ਆਪਣੀ ਸੀਮਾ ਹੁੰਦੀ ਆ ਉਹਦੇ ਥੋੜ੍ਹਾ ਜਿਹਾ ਇਹ ਹੁੰਦਾ ਕਿ ਉਹਦਾ ਜਿਹੜਾ ਮੂਡ ਬਣਨਾ ਮਤਲਬ ਸੋਚਣ ਲਈ ਅਤੇ ਸੋ ਇਸ ਕਰਕੇ ਮੈਨੂੰ ਇੰਝ ਲੱਗਿਆ ਕਿ ਮੈਂ ਉਹ ਸਾਰੇ ਪਰਿਵਾਰ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਗੁਆਚੀ ਜੀ ਲੱਗੀ ਅਤੇ ਉਂਝ ਜਿਹੜਾ ਤੁਹਾਡਾ ਰੋਲ ਸੀ ਉਹ ਬਹੁਤ ਵਧੀਆ ਸੀ ਜਿਹੜੇ ਰੰਗ ਬਿਰੰਗੇ ਕਲਰ ਸਾਨੂੰ ਦਿੱਤੇ ਜ਼ਿੰਦਗੀ ਦੇ ਪਹਿਨ ਕੇ ਵੀ ਦਿਖਾਏ ਆ ਅਤੇ ਜ਼ਿੰਦਗੀ ਦੇ ਉਂਝ ਵੀ ਕਲਰ ਦਿੱਤੇ ਆ ਅਤੇ ਮੇਰੀ ਤਾਂ ਸ਼ੁਰੂ 'ਚ ਵੀ ਇਹੀ ਇੱਕ ਸ਼ਬਦ ਮੈਂ ਕਿਹਾ ਸੀ ਤੁਹਾਨੂੰ ਅੰਤ ਵਿੱਚ ਵੀ ਇਹੀ ਆ ਵੀ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਅਤੇ ਉਹ ਦਿਨ ਮੈਨੂੰ ਲੱਗਦਾ ਕਿ ਉਹਦੀ ਸ਼ੁਰੂਆਤ ਤੁਹਾਡੇ ਰੰਗਾਂ ਨਾਲ ਹੋਈ ਆ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਭਰੇ ਆ ਥੈਂਕ ਯੂ and her father asked me and still asking me will you leave my daughter and no, no. I'm very comfortable that she has identity I want my identity very aaram se karo na jo bhi karti ho ਦੇਖੋ ਫਿਰ ਨੀਚੇ ਕਰ ਲਿਆ ਬਜਵਾ 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 ਤੂੰ ਜ਼ਿੰਦਾ ਹੈ ਤੂੰ ਜ਼ਿੰਦਾ ਹੈ ਤੂੰ ਜ਼ਿੰਦਗੀ ਕੀ ਜੀਤ ਪਰ ਯਕੀਨ ਕਰ ਤੂੰ ਜ਼ਿੰਦਾ ਹੈ ਤੂੰ ਜ਼ਿੰਦਗੀ ਕੀ ਜੀਤ ਪਰ ਯਕੀਨ ਕਰ ਅਗਰ ਕਹੀਂ ਹੈ ਸਵਰਗ ਤੋ ਉਤਾਰ ਲਾ ਜ਼ਮੀਨ ਪਰ ਅਗਰ ਕਹੀਂ ਹੈ ਸਵਰਗ ਤੋ ਉਤਾਰ ਲਾ ਜ਼ਮੀਨ ਪਰ ਤੂੰ ਜ਼ਿੰਦਾ ਹੈ ਰੁਕੇ ਨਾ ਜੋ ਰੁਕੇ ਨਾ ਜੋ ਕਾਮ ਠੀਕ ਹੈ ਬਾਂਧੋ ਉਸਕੋ ਬਾਂਧੋ ਹੋ ਗਿਆ ਹੋ ਗਿਆ ਚਲੋ ਹੋ ਗਿਆ ਹੋ ਗਿਆ ਠੀਕ ਹੈ ਅਰੇ ਹੋ ਗਿਆ ਨਹੀਂ ਕਰਨਾ ਹੈ ਆਪਣੀ ਪਿਕਚਰ ਬਣਵਾ ਦੇ ਇੱਕ ਵਾਰ ਸਮਝ ਲਓ ਇਹ ਦੇਵੋ ਇਹ ਦੇਵੋ ਇਹ ਇੱਕ ਵਾਰ
हम क्या 50 लोगों की आवाज नहीं आती हम Where do you want to go to Jaipur? This Sunday? Yes. The cost of travel bus will be borne by the institute. Are you happy? Yes. I don't know about what others we can do. But for the entry ticket or we are working out, you have to bear. Maximum cost the institute is bearing. So you peanuts you have to bear it. Okay? And I will give you detail before I leave this class. This is wonderful. Someone is a special, you are also a special. He is very, very special. So this is his. Told many things within a few words. Now friends, let me, it's a really a wonderful morning. And first, General Manager of Bharat Heavy Electricals Limited is one of the biggest, largest and valued public sector in India. Is HOD of Human Resource Development Institute of BHEL. I will give you the detail of this person. Yeah. Like you are getting a training here. Are you getting? Yes. Or it's still myth. We also had undergone training together like you in 79. And now with 3 decades we have been together. So you can understand the bondage impact of training. And we are together. If Mahavir is not there, Partha will get question on Mahavir. He is bombing and we are together working. Partha is graduated, educated and trained in metallurgy processes of engineering. He is a hardcore engineer. For last 3 decades. Then he came to this kind of soft skill training, of like sensitivity training, which we have been calling process.